चोरी तो तुसी ना चोरी है कदियां धमकियां होके बाहर सिखां नूं इदां करदे आ ये गुंडागर्दी ते पास्टर पुट्टर नूं उतरना नहीं चाहिए ਇਹ ਕੰਮ ਨਿਰੰਕਾਰੀਆਂ ਵਾਲਾ ਬਣਾ ਰਹੇ ਨੇ ਜਾਣ ਬੁੱਝ ਕੇ ਨਿਰੰਕਾਰੀਆਂ ਨੇ ਇਹੋ ਕੰਮ ਕੀਤਾ ਸੀ ਗੁਰੂ ਧੰਮ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਕੰਮ ਕੀਤਾ ਸੀ ਤੁਹਾਨੂੰ ਨਤੀਜਾ ਕੀ ਨਿਕਲਿਆ ਸੀ ਪੰਜਾਬ ਨੂੰ ਅੱਗ ਲੱਗੀ ਸੀ ਹੁਣ ਦੋਸ਼ ਸਿੱਖਾਂ ਨੂੰ ਦੇਣਗੇ ਸਾਡਾ ਕੰਮ ਹੈ ਪਖੰਡ ਨੂੰ ਰੋਕਣਾ ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਕੰਮ ਅਸੀਂ ਨਹੀਂ ਹੋਣ ਦੇਣਾ ਪਰਚਾ ਕਰਨਾ ਪਰਚਾ ਕਰ ਦੇਣ ਫਾਂਸੀ ਟੰਗਣਾ ਗੋਲੀਆਂ ਕਿੱਕਣਾ ਥੋੜੇ ਮਾਰੇ ਨਾਲ ਇਹ ਕਹਿੰਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦ ਨਾ ਲਓ ਸਿੱਖਾਂ ਨੂੰ ਭਰਮਾਉਂਦੇ ਨੇ ਅਤੇ ਉਹ ਉਹ ਸ਼ਤਾਨ ਦਾ ਘਰ ਹੈ ਉੱਥੇ ਪ੍ਰਸ਼ਾਦ ਨਹੀਂ ਤੁਸੀਂ ਛਕਣਾ ਤੇ ਇਹ ਜਿਹੜੇ ਸਿੱਖ ਹੁਣ ਦੀ ਹਮਾਇਤ 'ਚ ਖੜੇ ਨੇ ਇਹਨਾਂ ਨੂੰ ਪੁੱਛੋ ਵੀ ਕਦੋਂ ਟਲਣਾ ਜਦੋਂ ਧੀਆਂ ਭੈਣਾਂ ਦੀ ਜਿੱਤ ਨੂੰ ਹੱਥ ਪਾ ਲਿਆ ਉਹਨਾਂ ਨੇ ਫਿਰ ਤੁਸੀਂ ਪਛਤਾਓਗੇ ਇਹ ਉਹ ਹਾਲ ਹੈ ਜਿਵੇਂ ਦਿੱਲੀ ਦੇ ਸਿੱਖ ਇੱਕ ਮੌਕੇ 84 ਤੋਂ ਪਹਿਲਾਂ ਕਹਿੰਦੇ ਸੀ ਵੀ ਇੱਥੇ ਭਿੰਡਰਾਂ ਦਾ ਬਹੁਤ ਗਲਤ ਕਰ ਰਿਹਾ ਸੰਤ ਜੀ ਤੇ ਬਾਅਦ ਜਦੋਂ ਆਪਣੇ ਘਰਾਂ 'ਚ ਅੱਗ ਲੱਗੀ ਤੇ ਫਿਰ ਪਤਾ ਲੱਗਾ ਇਹਨਾਂ ਨੂੰ ਉਦੋਂ ਸਮਝ ਆਉਣੀ ਹੈ ਜਦੋਂ ਇਹਨਾਂ ਦੀ ਦਾੜੀ ਨੂੰ ਹੱਥ ਪੈ ਗਏ ਵਿਵਾਦ ਪੈਦਾ ਕਰਨ ਤੋਂ ਪ੍ਰਚਾਰ ਬਿਨਾਂ ਹੋਰ ਕਰ ਕੀ ਰਹੇ ਨੇ ਕੁਛ ਚਾਹੁੰਦਾ ਦਾ ਪ੍ਰਚਾਰ ਕਰਨ ਗਏ ਨਹੀਂ ਅਸੀਂ ਸਾਰਿਆਂ ਨੂੰ ਤਾਂ ਕਹਿ ਹੀ ਨਹੀਂ ਰਹੇ ਇਹ ਤੇ ਚੋਰ ਦੀ ਦਾਣੀ 'ਚ ਤਿਨਕੇ ਵਾਲੀ ਗੱਲ ਹੋਊ ਜਿਹੜਾ ਸਮਝ ਲਓ ਸਮਝ ਲਓ ਸੋ ਇਹ ਗੱਲ ਜਿਹੜੇ ਪਰਿਵਾਰਾਂ ਨੇ ਇਹ ਗੁਰੂ ਘਰ ਦਾ ਖਾਧਾ ਹੈ ਉਹਨਾਂ ਨੂੰ ਇਹ ਚੁਕਾਉਣਾ ਪੈਣਾ ਕੋਈ ਵੀ ਮਨੁੱਖ ਜਿਹਨੇ ਗੁਰੂ ਘਰ ਨਾਲ ਮੱਥਾ ਲਾਇਆ ਉਹ ਕਦੀ ਮਤਲਬ ਸੁਖੀ ਨਹੀਂ ਵੱਸ ਸਕਿਆ ਉਹਦੀ ਨਸਲਾਂ ਉਜੜ ਜਾਂਦੀਆਂ ਪੰਡ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਜਿਹੜੇ ਲੋਕਾਂ ਨੂੰ ਇਹ ਇੱਕ ਇੱਕ ਕਿਸਮ ਦਾ ਹਿਮੂਲੇਸ਼ਨ ਲੋਕਾਂ ਦੀ ਹੋ ਰਹੀ ਹੈ ਮੈਨੂਪੂਲੇਸ਼ਨ ਹੋ ਰਹੀ ਹੈ ਲੋਕਾਂ ਨੂੰ ਝੂਠ ਦੇ ਤਰੀਕੇ ਨਾਲ ਆਪਣੇ ਸਿੱਖਾਂ ਦੇ ਡੇਰੇਵਾਦ ਦਾ ਵੀ ਵਿਰੋਧ ਕੀਤਾ ਪਖੰਡ ਦੇ ਹੈ ਤੇ ਉਹ ਪਖੰਡ ਕਰਦੇ ਸੀ ਨਾ ਸਿੱਖੀ ਦੇ ਨਾਂ ਹੇਠ ਸਿੱਖਾਂ ਨੇ ਉਹਨਾਂ ਨੂੰ ਵੀ ਹਟਾਇਆ ਬੰਦ ਕਰਾਏ ਡੇਰੇ ਤੇ ਜੇ ਸਿੱਖ ਇਹਨਾਂ ਨੂੰ ਕਰ ਰਹੇ ਨੇ ਤੇ ਪਖੰਡ ਦਾ ਕਰਕੇ ਕਰ ਰਹੇ ਨੇ ਹੋਰ ਤੁਸੀਂ ਦੱਸੋ ਵੀ ਜਿਹੜਾ ਈਸਾਈ ਦਾ ਧਰਮ ਹੈ ਸਾਡੇ ਨਾਲ ਬੈਠ ਜਾਣ ਕਿਤੇ ਇਹਨਾਂ ਦੇ ਪਾਸਟਰ ਆੜ ਕੇ ਇਹ ਦੱਸਣ ਵੀ ਇਹਨਾਂ ਦੇ ਇਹ ਧਰਮ ਦੇ ਵਿੱਚ ਇਹ ਕਿੱਥੋਂ ਲਿਖਿਆ ਵੀ ਇਹ ਕੰਮ ਕਰਨੇ ਉਹਨਾਂ ਦੇ ਪਾਸਟਰ ਦਾ ਬਿਆਨ ਆਇਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਇਦਾਂ